ਲਾਲਾ ਜੀ ਵਾਹੀਆਂ ਇੰਨੀਆਂ ਸੌਖੀਆਂ ਨਹੀਂ, ਪਰ ਤੁਹਾਨੂੰ ਸ਼ਹਿਰਾਂ ਵਾਲਿਆਂ ਨੂੰ ਲੱਗਦਾ ਵੀ ਬੜਾ ਸੌਖਾ ਕੰਮ ਹੈ, ਅਤੇ ਅਸੀਂ ਜੱਟ ਲੋਕ ਆਉਣੇ ਹਾਂ ਅਤੇ ਬਸ ਤੁਹਾਨੂੰ ਖੱਲ ਲਾਹਣੀ ਵੀ ਸਾਡੀ ਸੌਖੀ ਲੱਗਦੀ ਹੈ ਵੀ ਅੱਲਾ ਜਾਣੇ ਇਹਨਾਂ ਦਾ ਕੀ, ਇਹ ਤਾਂ ਪੈਲੀਆਂ ਵਾਲੇ ਨੇ, ਰਕਬੇ ਵਾਲੇ ਨੇ, ਐਵੇਂ ਪੈਸਾ ਕਮਾਈ ਜਾਂਦੇ ਨੇ ਅਤੇ ਤੁਸੀਂ ਵੀ ਸਾਡੀ ਖੱਲ ਲਾਹਣੀ ਸ਼ੁਰੂ ਕਰ ਦਿੰਦੇ ਨੇ। ਆ ਇੱਧਰ ਵੇਖੋ ਆ ਕਿਵੇਂ ਕਿਵੇਂ ਅਸੀਂ ਕਿਹੜੇ ਕਿਹੜੇ ਯੱਬ 'ਚੋਂ ਲੰਘ ਕੇ ਅਤੇ ਕਿੱਡੇ ਔਖੇ ਹੋ ਕੇ ਅਤੇ ਆਹ ਸਾਰਾ ਕੁਛ ਕਰਨੇ ਆ ਤੁਹਾਡੇ ਸਾਹਮਣੇ। ਇਹ ਸੌਖੀਆਂ ਨਹੀਂ ਹੁੰਦੀਆਂ ਕਮਾਈਆਂ, ਇਹ ਅੱਕ ਲਾਲ ਦੀ ਕਮਾਈ ਹੈ, ਤਾਂ ਵੇਖੋ ਪਸੀਨਾ ਆਇਆ ਹੋਇਆ, ਪਸੀਨੇ ਦੀ ਕਮਾਈ ਹੈ ਅਤੇ ਸਾਡੀ ਅੱਕ ਲਾਲ ਦੀ ਕਮਾਈ 'ਤੇ ਜੇ ਮੁੜ ਤੁਸੀਂ ਏਸੀਆਂ 'ਚ ਬਹਿ ਕੇ ਡਾਕੇ ਮਾਰੋ ਤਾਂ ਗੱਲ ਚੰਗੀ ਤਾਂ ਨਹੀਂ ਨਾ। ਇਹ ਵੀਰੋ ਵੇਖੋ ਹੁਣ ਤੁਹਾਨੂੰ ਵਿਖਾਉਣੇ ਆ ਕਿ ਸਾਡੇ ਪੰਜਾਬੀ ਭਰਾ ਕਿਵੇਂ ਖੱਪ ਰਹੇ ਨੇ। ਆਵਾਜ਼ ਦੁਬਾਰਾ ਕਢਾ ਲਈ ਨੇ, ਅੱਲਾ ਕਰੇ ਹੋਣੀ। ਵੈਸੇ ਤਾਂ ਵੀਲ ਸਹੀ ਗਿੜਦਾ ਪਿਆ, ਪਰ ਟਾਸ ਹੀ ਨਹੀਂ ਵੱਜੀ ਮੈਂ ਤਾਂ ਮੁੜ ਹੁਣ ਉਹਨੂੰ ਸਦੀਏ ਫਖਰ ਨੂੰ। ਉਹ ਮਾਲਕ ਨੇ ਉਹਨਾਂ ਨੂੰ ਨਹੀਂ ਬੜਾ ਕੇ ਮਿਲਾਇਆ ਮੁੜੇ, ਗੁਨਾਹ ਹੀ ਕੋਈ ਨਹੀਂ। ਮਾਲਕਾਂ ਨਾਲ ਕੀਤਾ ਜੀ ਰਾਬਤਾ, ਬੰਦ ਨੇ ਕੈਲੰਡਰ 'ਚ ਤੇਲ ਪਾਓ, ਹੁਣ ਲਾਲਾ ਤੇਲ ਪਾ ਰਿਹਾ। ਇਹ ਜੱਟ ਜ਼ਿਮੀਂਦਾਰਾਂ ਦੀ ਲਾਈਫ ਹੈ, ਜੱਟ ਬ੍ਰਾਂਡ ਹੁੰਦੇ ਨੇ। ਬਸ ਇਹ ਹੈ ਵੀ ਆਹ ਵੇਖੋ ਨਾ, ਤਪਦਾ ਦੁਪਹਾਰ ਹੈ ਜਿਹਨੂੰ ਸ਼ਿਕਰ ਦੁਪਹਾਰ ਆਖਦੇ ਹੈ, ਅਤੇ ਇਹ ਵੇਖੋ ਸਾਦਾ ਜਿਹੇ ਕੱਪੜਿਆਂ 'ਚ ਸੋਹਣੇ ਮੇਰੇ ਜੱਟ ਵੀਰ, ਤੁਸੀਂ ਉਹਨਾਂ ਨੂੰ ਵੇਖ ਰਹੇ ਹੋ। ਇਹਨਾਂ ਕੋਲ ਜਿਹੜਾ ਸਭ ਤੋਂ ਵੱਡਾ ਇਜਾਜ਼ ਹੈ ਨਾ ਜੀ, ਹਲਾਲ ਰੋਜ਼ੀ ਕਮਾ ਰਹੇ ਨੇ, ਅਤੇ ਇਹ ਇਜਾਜ਼ ਕਿਸੇ ਕੋਲ ਵੇਖੋ ਨਹੀਂ। ਹੁਣ ਏਅਰ ਕੈਲੰਡਰ ਦੇ ਵਿੱਚ ਪਾ ਦਿੱਤਾ ਜੀ ਤੇਲ, ਅਤੇ ਹੁਣ ਦੁਬਾਰਾ ਕੋਸ਼ਿਸ਼ ਕਰਨੀ, ਅੱਲਾ ਕਰ ਸੀ ਮੁੜ ਮਿਹਨਤ ਦਾ ਫਲ ਤਾਂ ਜੀ। ਹੁਣ ਅੱਗੇ ਨਾਲ ਦੂਜਿਆਂ ਜਿਹਾ ਤਾਂ ਨਿਕਲਿਆ, ਕਈ ਦਿਨ ਹੋ ਗਏ ਬੰਦ ਰਹੀ ਹੈ ਨਾ, ਬਾਰਿਸ਼ ਆਈ ਹੈ। ਹੈਂ ਵਾਹ, ਹੋਰ ਕਡਾਲ ਹੈ, ਏਅਰ ਕੈਲੰਡਰ 'ਚ ਗਣਾ ਹੀ ਨਾ ਪਾ ਲਵੇ ਤੇਲ। ਆਵਾਜ਼ ਤਾਂ ਆਪਾਂ ਸਹਿ ਕਢਾਈ ਹੈ ਨਾ, ਕਿਉਂ ਬਈ ਆਵਾਜ਼ ਤਾਂ ਆਪਾਂ ਸਹਿ ਕਢਾਈ ਹੈ। ਓ ਬੋਲਿਆ ਨਹੀਂ, ਬੋਲਦਾ ਤਾਂ ਗਿਆ ਹੀ ਹੈ। ਹੋ ਗਈ ਵਾਲਾ ਲਾਵਾ ਸਟਾਰਟ।
ਆਖਰ ਮਿਹਨਤ ਰੰਗ ਲੈ ਆਈ। ਕਿਆ ਬਾਤ, ਮਜ਼ਾ ਆ ਗਿਆ। ਹੁਣ ਪਾਣੀ ਚਵਾਓ ਪਾਣੀ। ਇਹਨੇ ਤਾਂ ਨਹੀਂ ਚੜ੍ਹਨਾ ਜੀ, ਮੁਹੰਮਦ ਹੁਸੈਨ ਆਪ ਚੜਾ। ਉਹਨੇ ਮੋਬਾਇਲ ਤਾਂ ਚੱਕਿਆ ਨਹੀਂ। ਵਾਹ ਬਾਈ ਵਾਹ, ਹੋ ਗਿਆ ਬੰਦ ਫੇਰ। ਲਓ ਜੀ ਪਾਣੀ ਚੱਕ ਲਿਆ।